ਸੱਤਵਾਂ ਮਹੀਨਾ ਅੱਗੇ ਆ ਜਾ, ਸੱਤਵਾਂ ਮਹੀਨਾ, ਸੱਤਵਾਂ ਮਹੀਨਾ 10 ਤਰੀਕ 2021। ਜਿਸ ਤਰ੍ਹਾਂ ਕਿ ਮੈਂ ਅੱਜ ਤੁਹਾਨੂੰ 4 ਸੱਪਾਂ ਦੀ ਜਾਣਕਾਰੀ ਦੇ ਰਿਹਾ, ਜਿਹਦੇ ਵਿੱਚ 2 ਸੱਪ ਜ਼ਹਿਰੀਲੇ ਆ ਅਤੇ 2 ਸੱਪ ਬਿਨਾਂ ਜ਼ਹਿਰ ਵਾਲੇ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਇੱਕ ਘੋਬਰਾ ਸੱਪ ਦੀ। ਆ ਦੇਖੋ, ਇਹ ਸੱਪ ਕਿਸੇ ਨੂੰ ਕੱਟ ਜਾਂਦਾ ਵਾ, ਇਹਦੇ ਕੋਲ ਫਨ ਵਾਲਾ ਸੱਪ ਹੈ। ਇੱਧਰ ਨੂੰ ਮੂੰਹ ਕਰ ਬਾਈ, ਅੱਛੇ ਇਨਸਾਨ ਬਣ, ਜਾਣਕਾਰੀ ਤੁਹਾਨੂੰ ਦੇ ਰਿਹਾ। ਮੰਨ ਲਓ ਇਹ ਸੱਪ ਕਿਸੇ ਨੂੰ ਕੱਟ ਜਾਂਦਾ ਵਾ, ਅਤੇ ਤੁਸੀਂ ਕਿਸੇ ਹਕੀਮ, ਕਿਸੇ ਵੈਦ, ਕਿਸੇ ਚੋਗੀ ਕੋਲ ਚਲੇ ਜਾਂਦੇ ਜੇ, ਤੁਹਾਡਾ ਮਰਨਾ ਤੈਅ ਵਾ। ਇਹ ਦੇਖੋ, ਇਹ ਸੱਪ ਮੈਂ ਤੁਹਾਨੂੰ ਦਿਖਾ ਤਾ, ਸਾਰਾ ਕੁਝ ਦਿਖਾ ਤਾ। ਮੈਂ ਹੁਣ ਇਹਨੂੰ ਛੱਡ ਕੇ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਦਿੰਦਾ। ਚੱਲ ਪਰ ਦੇਖੋ, ਉਹ ਸੱਪ ਚਲਾ ਗਿਆ, ਇੱਧਰ ਮਾਰ, ਇੱਧਰ ਮਾਰੋ। 2 ਸੱਪ ਮੈਂ ਤੁਹਾਨੂੰ ਅਜੇ 3 ਸੱਪ ਹੋਰ ਵਿਖਾਵਾਂਗਾ, ਅੱਜ ਮੈਂ 4 ਸੱਪ ਫੜਿਆ। ਮੰਨ ਲਓ ਇਹ ਸੱਪ ਸਾਨੂੰ ਕੱਟ ਜਾਂਦਾ, ਇਸ ਜਗ੍ਹਾ 'ਤੇ ਸੱਪ ਸਾਨੂੰ ਕੱਟ ਗਿਆ, ਇਹ 2 ਦੰਦਾਂ, ਅਸੀਂ ਉਸ ਚੀਜ਼ ਨੂੰ ਪੂਰਤੇ ਤਸਮੇ ਦੇ ਨਾਲ ਇਸ ਤਰੀਕੇ ਦੇ ਨਾਲ ਬੰਨ ਲੈਣਾ ਵਾ। ਬੰਨ ਕੇ ਅਸੀਂ ਕੀ ਕਰਨਾ ਵਾ, ਅਸੀਂ ਇੱਕ ਸਰਿੰਜ ਰੱਖਦੇ ਹਾਂ, ਇਹ ਨੀਡਲ ਵਾਲਾ ਬੰਨਾ ਹੁੰਦਾ, ਇੱਦਾਂ ਸਰਿੰਜ ਹੁੰਦੀ, ਅਸੀਂ ਇਹਨੂੰ ਕੱਟ ਕੇ ਉਲਟ ਕਰ ਲੈਣਾ। ਸਟਾਰਟਿੰਗ ਦੇ ਉੱਤੇ ਅਸੀਂ ਇਹਦੇ ਦੰਦਾਂ 'ਤੇ ਐਂ ਸਰਿੰਜ ਰੱਖ ਕੇ ਲਹੂ ਕੱਢਣਾ, ਇਹਦੀ ਹੈਲਪ ਦੇ ਨਾਲ ਅਸੀਂ ਕਾਫੀ ਲਹੂ ਕੱਢ ਲੈਣਾ। ਉਸ ਤੋਂ ਬਾਅਦ ਅਸੀਂ ਪਲਾਸਟਿਕ ਸਰਜੀਕਲ ਬਲੇਡ ਨਾਲ ਚੀਰੇ ਦੇਣੇ ਆ। ਚੀਰੇ ਦੇਣ ਦੇ ਬਾਅਦ ਤੁਸੀਂ ਅਸੀਂ ਨਿਸ਼ਾਦਰ ਹੁੰਦਾ ਇੱਕ ਠੀਕਰੀ, ਉਹ ਚੀਰਿਆਂ ਦੇ ਵਿੱਚ ਭਰਦਾ ਵਾ। ਉਸ ਤੋਂ ਬਾਅਦ ਸਾਡੇ ਕੋਲ ਕੁਝ ਹੋਰ ਦਵਾਈਆਂ ਹੁੰਦੀਆਂ, ਅਸੀਂ ਉਹ ਨਿਸ਼ਾਦਰ ਨੂੰ ਹੈਵੀ ਕਰ ਦਿੰਦੇ ਹਾਂ ਜਿੱਥੋਂ ਤੱਕ ਸਾਡੀ ਮਨ ਕਰਦਾ ਵਾ। ਇਸ ਤਰ੍ਹਾਂ ਇੱਕ ਕੈਮੀਕਲ 'ਚ ਕੈਮੀਕਲ ਪਾਉਣ ਨਾਲ ਉਹ ਚੀਜ਼ ਹੈਵੀ ਹੋ ਜਾਂਦੀ ਆ। ਫਿਰ ਸਾਡੇ ਕੋਲ ਇਹ ਮਣਕੇ ਆ, ਅਸੀਂ ਮਣਕੇ ਲਗਾ ਲੈਂਦੇ ਹਾਂ। ਅਸੀਂ ਆਪਣਾ ਟ੍ਰੀਟਮੈਂਟ ਲਗਭਗ 1 ਮਿੰਟ 'ਚ ਸ਼ੁਰੂ ਕਰ ਦਿੰਦੇ ਹਾਂ, ਪਰ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਕਿਸੇ ਨੂੰ ਇਹੋ ਜਿਹੇ ਸੱਪ ਕੱਟਦੇ ਆ, ਕਿਸੇ ਚੋਗੀ, ਕਿਸੇ ਹਕੀਮ, ਕਿਸੇ ਵੈਦ ਕੋਲ ਨਹੀਂ ਜਾਣਾ। ਇਹਨਾਂ ਵਿੱਚ ਨੀਰੋਟੋਕਸੀ ਜ਼ਹਿਰ ਆ, ਨੀਰੋਟੋਕਸੀ ਜ਼ਹਿਰ ਚੋਗੀ, ਹਕੀਮ, ਵੈਦ ਤੁਹਾਡਾ ਇਲਾਜ ਨਹੀਂ ਕਰ ਸਕਦੇ। ਮੈਂ ਹੱਥ ਜੋੜ ਜੋੜ ਕੇ ਲੋਕਾਂ ਨੂੰ ਇਹ ਜਿਹੜੀਆਂ ਗੱਲਾਂ ਵਾ ਸਮਝਾਉਂਦਾ ਰਹਿੰਦਾ ਵਾਂ, ਅਤੇ ਇਹ ਮੇਰਾ ਨੰਬਰ ਜੇ, ਮੈਂ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰ ਪੱਟੀ ਦਾ ਰਹਿਣ ਵਾਲਾ। ਇਹ ਮੇਰਾ ਯੂਟਿਊਬ ਦਾ ਚੈਨਲ ਜੇ, ਸਪੇਸ ਬਿਲਕੁਲ ਨਹੀਂ ਦੇਣੀ। ਜਿਹੜਾ ਸੱਪ ਮੈਂ ਕਲੱਬ 'ਚ ਪਾ ਕੇ ਫੜਾ, ਸਮਝ ਲਓ ਉਹ ਸੱਪ ਜ਼ਹਿਰੀਲਾ ਵਾ। ਹੁਣ ਮੈਂ ਤੁਹਾਨੂੰ ਦੂਸਰੇ 3 ਸੱਪ ਦਿਖਾ ਰਿਹਾ, ਉਹਨਾਂ ਵਿੱਚ 1 ਸੱਪ ਜ਼ਹਿਰੀਲਾ ਵਾ ਅਤੇ 2 ਬਿਨਾਂ ਜ਼ਹਿਰ ਵਾਲੇ ਆ। ਮੈਂ ਤੁਹਾਨੂੰ ਹੁਣ 1 ਸੱਪ ਦਿਖਾ ਰਿਹਾ, ਲਓ ਇਹ ਸੱਪ 'ਚ ਬਿਲਕੁਲ ਜ਼ਹਿਰ ਨਹੀਂ ਹੁੰਦਾ। ਇਹ ਸੱਪ ਨੂੰ ਕਹਿੰਦੇ ਆ ਰੈਟ ਸਨੇਕ। ਲਓ ਮੈਂ ਕੀ ਕਰਾਂ, ਜ਼ਬਾਨ ਨਾਲ ਜ਼ਬਾਨ ਜੋੜ ਕੇ ਦਿਖਾ ਦਾਂ। ਇਹ ਸੱਪ ਕਿਸੇ ਨੂੰ ਲੜੇ ਤਾਂ ਇਹਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ। ਅਤੇ ਜਦੋਂ ਤੁਸੀਂ ਜੋਗੀਆਂ ਕੋਲ ਚਲੇ ਜਾਂਦੇ ਜੇ, ਜੋਗੀ ਸਿਰਫ ਤੁਹਾਡਾ ਟ੍ਰੀਟਮੈਂਟ ਨਹੀਂ ਕਰਦਾ, ਤੁਹਾਡੇ ਇੱਕ ਮਨ ਦਾ ਵਹਿਮ ਕੱਢਦਾ ਵਾ। ਇਹ ਸੱਪ ਨੂੰ ਕਹਿੰਦੇ ਆ ਰੈਟ ਸਨੇਕ, ਇਹਨੂੰ ਕਹਿ ਦਿੰਦੇ ਆ ਗੇਹੂੰ ਰੰਗ ਧਾਮੀਆਂ, ਇਹਨੂੰ ਧਾਮਣ ਸੱਪ ਵੀ ਕਹਿ ਦਿੰਦੇ ਆ। ਅਤੇ ਇਹ ਸੱਪ ਲੜੇ ਤਾਂ ਇਹਦੇ ਵਿੱਚ ਨੀਰੋਟੋਕਸੀ ਜ਼ਹਿਰ ਹੀ ਨਹੀਂ ਹੈਗਾ, ਇਹਦੇ 'ਚ ਕੁਛ ਵੀ ਨਹੀਂ ਹੈਗਾ। ਇਹ ਸੱਪ ਬਿਲਕੁਲ ਇੱਕ ਨਾਮ ਦਾ ਹੀ ਸੱਪ ਆ। ਅਤੇ ਜਦੋਂ ਤੁਸੀਂ ਜੋਗੀਆਂ ਕੋਲ ਜਾਂਦੇ ਜੇ, ਇਹ ਸੱਪ ਕੱਟਿਆ, ਜੋਗੀ ਸਿਰਫ ਤੁਹਾਡਾ ਇਲਾਜ ਨਹੀਂ ਕਰਦੇ, ਤੁਹਾਡਾ ਵਹਿਮ ਕੱਢਦੇ ਆ। ਸਹੀ ਇਲਾਜ ਤੁਹਾਡਾ ਜ਼ਿਲ੍ਹਾ ਹਸਪਤਾਲ 'ਚ ਹੋਣਾ। ਇਹ ਚਲਾ ਗਿਆ ਜੀ ਦੂਸਰਾ ਸੱਪ। ਹੁਣ ਮੈਂ ਤੁਹਾਨੂੰ ਇੱਕ ਤੀਸਰਾ ਸੱਪ ਵਿਖਾ ਰਿਹਾ, ਜਿਹੜਾ ਕਿ ਜਿਹਨੂੰ ਕਿ ਰਾਤ ਦਾ ਸ਼ੈਤਾਨ ਵੀ ਕਹਿ ਦਿੰਦੇ ਆ, ਰਾਤ ਦਾ ਕਿਲਰ ਵੀ ਕਹਿ ਦਿੰਦੇ ਆ। ਉਹ ਬਹੁਤ ਜ਼ਹਿਰੀਲਾ ਸੱਪ ਹੈ। ਇਸ ਸੱਪ ਨੂੰ ਅਸੀਂ ਕਹਿੰਦੇ ਹਾਂ ਕੋਮਨ ਕ੍ਰੈਥ। ਇਹ ਸੱਪ ਦਾ ਜ਼ਹਿਰ ਕੋਬਰਾ ਸੱਪ ਦੇ ਜ਼ਹਿਰ ਦੇ ਨਾਲੋਂ 6 ਗੁਣਾ ਜ਼ਿਆਦਾ ਹੈਵੀ ਹੈ। ਇਹ ਲੋਕਾਂ ਦੇ ਬਿਸਤਰੇ 'ਤੇ ਚੜ੍ਹ ਕੇ ਉਹਨਾਂ ਦੇ ਨਾਲ ਸੌਂ ਜਾਂਦਾ,
ਤੇ ਜਦੋਂ ਦੰਦੀ ਕੱਟੂਗਾ ਸਿਰਫ ਤੁਹਾਨੂੰ ਇੱਕ ਮੱਛਰ ਦੇ ਦਾਣੇ ਜਿੰਨੀ ਪੀੜ ਹੋਣੀ ਹੈ ਜਿੱਦਾਂ ਇੱਕ ਮੱਛਰ ਕੱਟਿਆ, ਤੁਹਾਨੂੰ ਇਹਦੀ ਦੰਦੀ ਦਾ ਵੀ ਨਹੀਂ ਪਤਾ ਲੱਗਣਾ। ਪਰ ਜਦੋਂ ਤੁਸੀਂ ਪਿੰਡ 'ਚ ਮਣਕਾ ਲਗਾ ਕੇ ਦੇਸੀ ਦਵਾਈ ਲਗਾ ਕੇ ਬੈਠੇ ਜੇ ਤੁਹਾਡਾ ਮਰਨਾ ਤੈਅ ਵਾ। ਇਹ ਸੱਪ ਕੱਟੇ ਅਤੇ ਲਗਭਗ ਤੁਹਾਨੂੰ 2 ਘੰਟੇ ਤੋਂ ਬਾਅਦ 'ਚੋਂ ਜ਼ਹਿਰ ਚੜ੍ਹਨਾ ਵਾ। ਅਤੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੇਰੇ ਨਾਲੋਂ ਜ਼ਿਆਦਾ ਫਾਸਟ ਤੁਸੀਂ ਮਣਕਾ ਲਗਾ ਸਕਦੇ ਜੇ, ਮੇਰੇ ਨਾਲੋਂ ਜ਼ਿਆਦਾ ਫਾਸਟ ਤੁਸੀਂ ਚੀਰਾ ਦੇ ਸਕਦੇ ਜੇ, ਮੇਰੇ ਨਾਲੋਂ ਜ਼ਿਆਦਾ ਫਾਸਟ ਕੋਈ ਦੇਸੀ ਦਵਾਈ ਵਰਤ ਸਕਦੇ ਜੇ, ਮੇਰੇ ਨਾਲੋਂ ਜ਼ਿਆਦਾ ਫਾਸਟ ਸਰਿੰਜ ਵਰਤ ਸਕਦੇ ਜੇ। ਕੁਛ ਵੀ ਤੁਸੀਂ ਸਾਡੇ ਤੋਂ ਫਾਸਟ ਜਿਹੜਾ ਵਾ ਉਹ ਨਹੀਂ ਵਰਤ ਸਕਦੇ, ਪਰ ਅਸੀਂ ਰੋਜ਼ ਸੱਪ ਫੜ ਕੇ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਿੰਦੇ ਹਾਂ। ਇਹ ਮੇਰਾ ਯੂਟਿਊਬ ਦਾ ਚੈਨਲ ਜ਼ਰੂਰ ਖੋਲ੍ਹ ਕੇ ਦੇਖਿਓ, ਮੈਂ ਕਾਫੀ ਨੌਲੇਜ ਰੱਖਦਾ ਦੇਸੀ ਦਵਾਈਆਂ ਦੀ। ਕਿਸੇ ਦਾ ਟਾਈਫਾਇਡ ਨਾ ਟੁੱਟਦਾ ਹੈ, ਕਿਸੇ ਨੂੰ ਗੈਂਠੀਆ, ਕਿਸੇ ਨੂੰ ਯੂਰੀਆ ਕੈਸਟ ਆ, ਪਲੀਜ਼ ਮੇਰੇ ਨਾਲ ਗੱਲ ਕਰੇ। ਅਤੇ ਜਦੋਂ ਸਾਡੇ ਵਰਗੇ ਬੰਦੇ ਤੁਹਾਨੂੰ ਇਹ ਚੀਜ਼ਾਂ ਦੀ ਜਾਣਕਾਰੀ ਦਿੰਦੇ ਆ ਅਤੇ ਤੁਸੀਂ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੇ ਅਤੇ ਜੋਗੀਆਂ ਕੋਲ ਚਲੇ ਜਾਂਦੇ ਜੇ, ਤੁਹਾਡਾ ਮਰਨਾ ਤੈਅ ਵਾ। ਇਹ ਚੌਥਾ ਸੱਪ ਜੇ, ਇਹ ਕੋਬਰੇ ਸੱਪ ਦਾ ਬੱਚਾ ਵਾ, ਪਰ ਇਹਦੇ ਵਿੱਚ ਘੁੰਡੀ ਇਹ ਹੈ ਕਿ ਇਹ ਸੱਪ ਦੇ ਦੰਦ ਨਹੀਂ ਇੰਨੇ ਫਾਸਟ ਹੈਗੇ ਅਤੇ ਮੇਰੀ ਸਕਿੰਨ ਦੇ ਉੱਤੇ ਦੰਦ ਮਾਰ ਸਕੇ। ਅਤੇ ਇਸ ਕਰਕੇ ਮੈਂ ਅੱਜ 4 ਸੱਪ ਫੜੇ ਸੀ ਤਾਂ ਮੈਂ 4 ਸੱਪਾਂ ਦੀ ਤੁਹਾਨੂੰ ਜਾਣਕਾਰੀ ਦਿੱਤੀ ਆ। ਇਹ ਜ਼ਹਿਰੀਲਾ ਅਤੇ ਬਿਨਾਂ ਜ਼ਹਿਰ ਵਾਲਾ, ਕਿਸੇ ਨੂੰ ਸੱਪ ਕੱਟੇ ਰੱਬ ਦਾ ਵਾਸਤਾ ਜੋਗੀ ਹਕੀਮ ਵੈਦ ਕੋਲੋਂ ਨਾ ਜਾਓ। ਜੇ ਤਾਂ ਸੱਪ ਬਿਨਾਂ ਸ਼ਹਿਰ ਤੋਂ ਆ ਤਾਂ ਜੋਗੀ ਹਕੀਮ ਤੁਹਾਡਾ ਵਹਿਮ ਕੱਢੂਗਾ, 2-4 ਹਜ਼ਾਰ ਰੁਪਇਆ ਲਊਗਾ, ਤੁਹਾਨੂੰ ਕੈਮ ਕਰ ਦੂਗਾ। ਜੇ ਕੋਬਰਾ ਸੱਪ ਕੋਮਨ ਕਲੈਅ 'ਚ ਲੜਿਆ ਉਹਨੂੰ ਕੋਈ ਦੇਸੀ ਦਵਾਈ ਹਕੀਮ ਕੋਈ ਵੈਦ ਨਹੀਂ ਬਚਾ ਸਕਦਾ। ਮੇਰੇ ਕੋਲ 2000 ਵੀਡੀਓ, ਮੈਂ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦਾ ਰਹਿਣ ਵਾਲਾ ਵਾਂ, ਡੇਲੀ 5-5 ਸੱਤ ਸੱਪ ਰੋਜ਼ ਫੜਦਾ ਵਾਂ। ਅਤੇ ਜੇ ਸਾਡੇ ਵਰਗਾ ਬੇਨਤੀ ਕਰਦਾ ਤੁਹਾਡੇ ਘਰ, ਇਹ ਤੂੰ ਕੁਛ ਨਾ ਕੁਛ ਬੇਨਤੀ ਸੁਣਿਆ ਕਰੋ। ਆਹ ਮਣਕੇ ਹੁੰਦੇ ਜੇ, ਮਣਕੇ ਸੱਪ ਦਾ ਜ਼ਹਿਰ ਕੱਟਣ ਦਾ ਦਮ ਨਹੀਂ ਰੱਖਦੇ। ਤਾਂ ਪਲੀਜ਼ ਜਿਹੜਾ ਮੈਂ ਟ੍ਰੀਟਮੈਂਟ ਦੱਸਿਆ ਇਹ ਸਾਰਾ ਟ੍ਰੀਟਮੈਂਟ ਡਾਕਟਰ ਤੋਂ ਜਾਣ ਤੋਂ ਪਹਿਲਾਂ ਦਾ ਵਾ। ਇਹ ਨਹੀਂ ਕਿ ਟ੍ਰੀਟਮੈਂਟ ਕੀਤਾ ਭਾਅ ਜੀ ਸੱਪ ਫੜਦੇ ਆ, ਭਾਈ ਨੇ ਟ੍ਰੀਟਮੈਂਟ ਦੱਸਤਾ ਵੀ ਠੀਕ ਆ, ਨਾ ਇਹਨੂੰ ਫਸਟ ਟ੍ਰੇਡ ਕੀ ਕਹਿੰਦੇ ਆ, ਫਸਟ ਟ੍ਰੀਟਮੈਂਟ, ਇਹ ਫਸਟ ਟ੍ਰੀਟਮੈਂਟ ਆ ਤੁਹਾਡੀ। ਇਹ ਟ੍ਰੀਟਮੈਂਟ ਕਰਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਜਾਣਾ ਵਾ। ਜੇ ਪ੍ਰਾਈਵੇਟ ਹਸਪਤਾਲ ਜਾਓਗੇ 50 ਹਜ਼ਾਰ ਤੋਂ ਲੱਗ ਕੇ 1 ਲੱਖ ਰੁਪਏ ਤੱਕ ਬਿੱਲ ਬਣੂਗਾ। ਜੇ ਜ਼ਿਲ੍ਹੇ ਹਸਪਤਾਲ ਜਾਓਗੇ ਤਾਂ ਕੋਈ ਬਿੱਲ ਨਹੀਂ ਬਣੂਗਾ, ਤੁਹਾਡਾ ਜਿਹੜਾ ਇਲਾਜ ਆ ਫ੍ਰੀ ਹੋਊਗਾ। ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਲਾਈਕ ਸ਼ੇਅਰ ਅਤੇ ਸੈਂਡ ਕਰਿਆ ਕਰੋ। ਰਾਤ ਨੂੰ ਨਵਰਤਨ ਤੇਲ ਲਾ ਕੇ ਸੋਇਆ ਕਰੋ, ਜਿਹੜਾ ਸੱਪ ਬਿਸਤਰੇ 'ਤੇ ਚੜ੍ਹਦਾ ਵਾ ਉਹਨੂੰ ਨਵਰਤਨ ਤੇਲ ਤੋਂ ਬੜੀ ਐਲਰਜੀ ਆ, ਉਹ ਨਵਰਤਨ ਤੇਲ ਤੋਂ ਭੱਜਦਾ ਵਾ। ਵਾਲਾਂ ਦੇ ਹੱਥਾਂ 'ਤੇ ਨਵਰਤਨ ਤੇਲ ਲਾ ਕੇ ਸੋਇਆ ਕਰੋ। ਜੇ ਕਿਸੇ ਨੂੰ ਕੋਮਨ ਕਲੈਅ ਸੱਪ ਕੱਟਦਾ ਉਹਦੇ ਪੇਟ 'ਚ ਦਰਦ ਹੁੰਦੀ ਆ, ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਆ, ਪਰ ਉਹਦੀ ਦੰਦੀ ਦੇ ਨਿਸ਼ਾਨ ਦਾ ਪਤਾ ਨਹੀਂ ਲੱਗਣਾ। ਕਈ ਬੰਦੇ ਵੇਖੇ ਕੋਮਨ ਕਲੈਅ ਸੱਪ ਕੱਟ ਜਾਂਦਾ, ਵੇਖ ਵੀ ਲੈਂਦੇ ਆ ਉਹ ਸਵੇਰੇ ਜੋਗੀ ਵੱਲ ਚਲੇ ਜਾਵਾਂਗੇ ਆਪਾਂ ਨੂੰ ਕੀ ਹੋਣਾ, ਪਰ ਸਾਨੂੰ ਇਹ ਚੀਜ਼ਾਂ ਦੀ ਪੁਖਤਾ ਜਾਣਕਾਰੀ ਆ। ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਸੈਂਡ ਕਰੋ। ਗਰਮੀਆਂ ਦੇ ਦਿਨ ਕਿਸੇ ਭੈਣ ਭਰਾ ਕਿਸੇ ਦੇ ਧੀ ਪੁੱਤ ਦੀ ਡੈਥ ਨਾ ਹੋਏ। ਜੈ ਸ਼ੰਕਰ, ਜੈ ਨਾਗ ਦੇਵਤਾ।